ਜਿਹੜੀ ਚੰਡੋਲ ਜੱਟੀ ਹੈ ਪੂਰੇ ਮੀਲ ਤੋਂ ਪਛਾਣ ਲਈ ਜੱਟ ਨੇ, ਅਤੇ ਜੱਟ ਦਾ ਚੰਡੋਲ ਤੁਸੀਂ ਦੇਖੋ ਪਿੱਛੇ, ਇਹ ਚੰਡੋਲ ਹੈਗਾ ਆਸਟ੍ਰੇਲੀਆ ਦਾ, ਚੱਕਰ ਆਉਂਦੇ ਨੇ ਕਿਉਂਕਿ ਇਹ ਪੂਰਾ ਘੁੰਮਦਾ। ਤੁਸੀਂ ਦੇਖੋ ਭੀੜ ਕਿੰਨੀ ਹੈ, ਇੱਕ ਪਾਸੇ ਚੱਲ ਰਿਹਾ ਛਪਾਰ ਦਾ ਮੇਲਾ ਅਤੇ ਅਸੀਂ ਖੜ੍ਹੇ ਹਾਂ ਆਸਟ੍ਰੇਲੀਆ ਦੇ ਮੇਲੇ 'ਚ, ਜਿੱਥੇ ਪੰਜਾਬੀਆਂ ਨੇ ਇਕੱਠ ਲਾਇਆ ਹੈ ਦਾ ਗ੍ਰੇਟ ਇੰਡੀਅਨ ਫੈਸਟੀਵਲ। ਰੱਬੋ ਟੀਵੀ 'ਤੇ ਤੁਸੀਂ ਦੇਖ ਰਹੇ ਸੀਗੇ ਪਾਵਥਿੰਦੋ ਹੋਣਾ ਬਾਈ ਹੋਣਾ ਨੇ ਕਰਾਇਆ, ਅਤੇ ਰਿਵਿਊ ਵੀ ਲਵਾਂਗੇ, ਲੋਕਾਂ ਨਾਲ ਗੱਲਬਾਤ ਵੀ ਕਰਾਂਗੇ। ਆਓ ਚੱਲੀਏ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਵੀਰੇ? ਠੀਕ ਹੈ ਜੀ, ਬਹੁਤ ਵਧੀਆ। ਕਿੱਥੋਂ ਪੰਜਾਬ ਤੋਂ? ਮੈਂ ਲੁਧਿਆਣੇ ਤੋਂ ਜੀ। ਮੈਂ ਵੀ ਲੁਧਿਆਣੇ ਤੋਂ। ਲੁਧਿਆਣੇ ਤੋਂ ਕਿੱਥੋਂ? ਮੈਂ ਲੁਧਿਆਣੇ ਤੋਂ ਕਾਕੋਵਾਲ ਪਿੰਡ ਹੈ ਜੀ। ਹਾਂਜੀ, ਕਿਵੇਂ ਦਾ ਲੱਗ ਰਿਹਾ ਉਰੇ? ਬਹੁਤ ਵਧੀਆ ਜੀ, ਮੈਂ ਰੀਸੈਂਟਲੀ ਆਇਆ ਅਤੇ ਬਹੁਤ ਜ਼ਿਆਦਾ ਮਿਸ ਕਰਦਾ ਸੀਗਾ ਪੰਜਾਬ ਨੂੰ, ਅਤੇ ਇੱਥੇ ਆ ਕੇ ਐਂ ਲੱਗਿਆ ਵੀ ਇੱਕਦਮ ਵੀ ਮੈਂ ਭੁੱਲ ਗਿਆ ਛਪਾਰ ਦੇ ਮੇਲੇ ਤੇ ਆ ਕੇ। ਹਾਂ ਵੀ ਆਸਟ੍ਰੇਲੀਆ ਭੁੱਲ ਗਿਆ ਮੈਂ ਇੱਕਦਮ ਲਈ, ਮਤਲਬ ਮੈਂ ਪੰਜਾਬ 'ਚ ਆ ਗਿਆ ਜੀ ਦੁਬਾਰਾ। ਬਸ ਬਹੁਤ ਵਧੀਆ ਲੱਗਿਆ ਜੀ। ਕੀ ਕੀ ਇੰਜੋਏ ਕੀਤਾ ਤੁਸੀਂ? ਪਹਿਲੀ ਗੱਲ ਫੂਡ, ਪਹਿਲੇ ਇੰਨੇ ਪੰਜਾਬੀ ਦੇਖ ਕੇ ਐਂ ਲੱਗੇ ਵੀ ਫਾਈਨਲੀ ਪੰਜਾਬ 'ਚ ਆ ਗਏ, ਹੈ ਨਾ ਵੀ ਹਾਂ ਦਿਲ ਜਿਹਨੂੰ ਖਿੱਚ ਜੀ ਮਹਿਸੂਸ ਹੋਈ ਵੀ ਹਾਂ ਠੀਕ ਆ ਵੀ ਉਰੇ, ਹੈ ਨਾ ਦਿਲ ਲੱਗੂਗਾ ਥੋੜ੍ਹਾ ਜਿਹਾ। ਹਾਂ, ਹੌਸਲਾ ਦਿੱਤਾ, ਪਹਿਲੀ ਵਾਰੀ ਬੰਦਾ ਇੱਥੇ ਆ ਕੇ ਹੌਸਲਾ ਹੀ ਦਿੰਦਾ। ਕੀ ਕੀ ਇੰਜੋਏ ਕੀਤਾ ਇੱਥੇ? ਓਨੈਸਟਲੀ ਦੱਸਾਂ ਤਾਂ ਯਾਰ ਇੰਨੇ ਜ਼ਿਆਦਾ ਪੰਜਾਬੀ ਦੇਖੇ, ਪਹਿਲਾਂ ਤਾਂ ਉਹ ਇੰਜੋਏ ਅੱਖਾਂ ਨੇ ਸਕੂਨ ਜਿਹਾ ਮਹਿਸੂਸ ਕੀਤਾ ਵੀ ਵਾਕਿਆ ਵੀ, ਹੈ ਨਾ ਵੀ ਬੰਦਾ ਹੌਸਲੇ 'ਚ ਹੋ ਜਾਂਦਾ ਨਾ ਆਪਣੀ ਕਮਿਊਨਿਟੀ ਦੇਖ ਕੇ। ਬਿਲਕੁਲ ਜੀ, ਬਿਲਕੁਲ ਬਿਲਕੁਲ, ਇੰਨੇ ਜਾਣੇ ਮਤਲਬ ਪੰਜਾਬੀ, ਸਪੈਸ਼ਲੀ ਮੈਨੂੰ ਜਿਹੜੇ ਬਾਪੂ ਜੀ ਹੋਣੀ ਬੇਬੇ ਜੀ ਹੋਣੀ ਮਤਲਬ ਉਰੇ ਆਉਂਦੇ ਆ ਟ੍ਰੈਡੀਸ਼ਨਲ ਕੁੜਤੇ ਪਜਾਮੇ ਪਾ ਕੇ ਵੀ ਆ, ਮਤਲਬ ਮੇਰੇ ਆਪਦੇ ਗ੍ਰੈਂਡਫਾਦਰ ਦੀ ਯਾਦ ਆ ਗਈ ਮੈਨੂੰ ਵੀ, ਹੈ ਨਾ ਵੀ ਥੋੜ੍ਹਾ ਜਿਹਾ ਖਿੱਚ ਜੀ ਮਹਿਸੂਸ ਹੋਈ, ਬਹੁਤ ਵਧੀਆ ਲੱਗਿਆ। ਅਤੇ ਸੈਕਿੰਡ ਫੂਡ, ਹਾਂਜੀ ਬਹੁਤ ਵਧੀਆ ਸੀਗਾ, ਘੱਟ ਹੀ ਮਿਲਦਾ ਪਰ ਇੱਥੇ ਸਬੱਬ ਨਾਲ ਮਿਲ ਜਾਂਦਾ ਵਾ। ਹਾਂਜੀ ਬਿਲਕੁਲ ਸਹੀ ਗੱਲ। ਮੈਂ ਤੁਹਾਨੂੰ ਇੱਕ ਸਵਾਲ ਪੁੱਛਦੀ ਹਾਂ, ਉਹਦਾ ਆਨਸਰ ਦੇਣਾ ਤੁਸੀਂ ਦੇ ਦੋਗੇ? ਨਹੀਂ, ਮੈਂ ਇਹ ਚੀਜ਼ 'ਚ ਥੋੜ੍ਹਾ ਜਿਹਾ ਮਾੜਾ ਜੀ। ਸਵਾਲ ਤੁਸੀਂ ਉਹ ਗਾਣਾ ਦੱਸਣਾ ਜਿਹਦੇ ਵਿੱਚ ਚੰਡੋਲ ਜਾਂ ਮੇਲੇ ਦਾ ਜ਼ਿਕਰ ਆਉਂਦਾ ਹੈ। ਉਹ ਗਾਣਾ ਜਿਹਦੇ 'ਚ ਚੰਡੋਲ ਜਾਂ ਮੇਲੇ 'ਚ ਜ਼ਿਕਰ ਹੁੰਦਾ, ਪੁਰਾਣਾ ਗਾਣਾ ਬਹੁਤ। ਨਹੀਂ, ਕੋਈ ਵੀ ਗਾਣਾ ਜਿਹੜਾ ਤੁਹਾਨੂੰ ਯਾਦ ਆਉਂਦਾ? ਕੋਈ ਗਾਣਾ ਯਾਦ ਆ, ਕੋਈ ਗਾਣਾ ਯਾਦ ਆ ਜਿਹਦੇ 'ਚ ਚੰਡੋਲ ਜਾਂ ਮੇਲੇ ਦਾ ਜ਼ਿਕਰ ਹੋਵੇ ਪੰਜਾਬੀ? ਤੁਸੀਂ ਨੇੜੇ ਜੀ, ਆ ਜਾਓ ਆ ਜਾਓ। ਸ਼ਾਇਦ ਕੋਈ ਅੰਗਰੇਜ਼ ਦਾ ਗਾਣਾ, ਮੈਨੂੰ ਆਉਂਦਾ ਨਹੀਂ ਗਾ, ਬਟ ਆਈ ਡੋਂਟ ਨੋ, ਮੈਨੂੰ ਕੋਈ ਅੰਗਰੇਜ਼ ਮੂਵੀ ਦਾ ਗਾਣਾ ਜੀ 'ਚ ਮੇਲੇ ਚੱਲਾਂਗੇ। ਨੇੜੇ ਜੇ ਆ ਗਿਆ, ਮੇਬੀ ਆਈ ਡੋਂਟ ਨੋ, ਤੁਸੀਂ ਦੱਸ ਦਿਓ। ਮੇਲਾ ਵੇਖਣ ਚੱਲੀਏ, ਚੱਲ ਮੇਲੇ ਨੂੰ ਚੱਲੀਏ। ਪਰ ਗਾਣਾ ਉਹ ਨਹੀਂ ਹੈਗਾ ਜੀ 'ਚ ਚੰਡੋਲ ਵੀ ਆਉਂਦਾ ਵੇ, ਚੰਡੋਲ ਚੰਡੋਲ, ਇੱਥੇ ਚੰਡੋਲ ਨੇ ਨਾ ਜ਼ਿਆਦਾ, ਯੂ ਨੋ ਰਾਈਟ? ਓਕੇ, ਮਤਲਬ ਵਰਡ ਨਹੀਂ, ਬਸ ਵਰਡ ਆਵੇ? ਨਾ, ਨੋ ਆਈਡੀਆ, ਐਨੀ ਗੈਸ? ਤੁਸੀਂ ਛੱਡਦਾ ਗਾਣਾ ਚੱਲ ਮੇਲੇ ਨੂੰ ਚੱਲੀਏ, ਨਹੀਂ ਜਿਹੜਾ ਤੁਸੀਂ ਪਹਿਲਾਂ ਗਿਆ ਸੀ? ਬਲੈਂਕ ਆ ਹੁਣ, ਤੁਸੀਂ ਸਾਰੀ ਰਾਤ ਸੋਚ ਰਹੇ ਰਹੋ ਕਿਉਂਕਿ ਵੀਡੀਓ ਦੇ ਸਟਾਰਟਿੰਗ 'ਚ ਮੈਂ ਦੱਸਿਆ ਸੀਗਾ, ਅਤੇ ਬਾਈ ਹੁਣਾਂ ਦਾ ਕਵਾਂਗੇ ਧੰਨਵਾਦ, ਕਿਵੇਂ ਦਾ ਲੱਗਿਆ ਰਿਵਿਊ ਦੇ ਦਿਓ। ਹਾਓ ਮਤ, ਕਿੰਨੇ ਨੰਬਰ ਦਿਓਗੇ ਇਸ ਚੀਜ਼ ਨੂੰ ਅੱਜ ਦੇ ਇਵੈਂਟ ਨੂੰ? ਇਟਸ ਗੁੱਡ, ਜੇ 10 ਨੰਬਰ ਆ ਤਾਂ 8 ਕੋ ਦਵਾਂਗੇ। ਤੁਸੀਂ ਕਿੰਨੇ ਦਿਓਗੇ? ਮੈਂ ਤਾਂ ਜੀ 10 ਹੀ ਦਊਂਗਾ, ਮੈਂ ਰੀਸੈਂਟ ਆਇਆ। ਪਹਿਲੀ ਵਾਰੀ ਆ ਵੀਰ ਨੂੰ ਕਿਵੇਂ, ਕਿੰਨੇ ਨੰਬਰ ਦਿਓਗੇ ਤੁਸੀਂ? 10। ਕੀ ਨਾਮ ਹੈ ਤੁਹਾਡਾ? ਅਵਲੀਨ। ਅਵਲੀਨ ਕੌਰ, ਤੇ ਤੁਸੀਂ ਮੇਲੇ, ਤੁਹਾਨੂੰ ਪਤਾ ਮੇਲੇ ਦਾ ਮਤਲਬ ਕੀ ਹੁੰਦਾ? ਫੈਸਟੀਵਲ। ਫੈਸਟੀਵਲ, ਠੀਕ। ਕਿੰਨਾ ਇੰਜੋਏ ਕੀਤਾ ਅੱਜ? ਬਹੁਤ ਜ਼ਿਆਦਾ। ਕੋਈ ਗਾਣਾ ਆਉਂਦਾ? ਕਿਹੜਾ ਫੇਵਰਿਟ ਸਿੰਗਰ ਹੈ ਤੁਹਾਡਾ? ਦਲਜੀਤ। ਦਲਜੀਤ ਦੇ ਤੁਸੀਂ
ਪੰਜ ਗਾਣਾ ਸੁਣਾ ਦੋ ਦਿਲਜੀਤ ਦੋਸਾਂਝ ਦਾ ਕੋਈ ਵੀ। ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਬਸ ਇੰਨਾ ਆਉਂਦਾ, ਬਸ ਇੰਨਾ ਕਿ ਥੈਂਕ ਯੂ। ਉਧਰ ਟੀਵੀ 'ਚ ਦੇਖ ਕੇ ਕਹਿ ਦੋ ਕਿ ਦੇਖਦੇ ਰਹੋ ਰੱਬੋਂ ਟੀਵੀ, ਦੇਖਦੇ ਰਹੋ ਰੱਬੋਂ ਟੀਵੀ। ਕਿਵੇਂ ਹੋ ਵੀਰੇ ਤੁਸੀਂ? ਬਸ ਵਧੀਆ ਜੀ, ਤੁਸੀਂ ਦੱਸੋ? ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪ ਤੋਂ ਕਿੱਥੋਂ ਤੁਸੀਂ? ਮੈਂ ਬਠਿੰਡੇ ਤੋਂ ਜੀ। ਇਹ ਕੌਣ ਹੈ ਤੁਹਾਡੇ ਨਾਲ? ਇਹ ਅਮਾਨਤ ਮੇਰੀ ਬੇਟੀ ਹੈ ਜੀ। ਓਕੇ, ਹਾਂਜੀ। ਤੁਸੀਂ ਅੱਜ ਇੱਥੇ ਕੀ ਕਰਨ ਆਏ ਹੋ? ਅਸੀਂ ਤਾਂ ਜੀ ਦੇਖੋ ਮੇਲਾ ਹੀ ਦੇਖਣ ਆਏ ਆ। ਠੀਕ ਆ, ਤੁਹਾਨੂੰ ਕਿਤੇ ਸੁਣਿਆ ਸੁਣਿਆ ਜੇ ਲੱਗਦਾ ਤੁਹਾਡਾ ਫੇਸ ਮੈਨੂੰ। ਮੈਂ ਫੇਮਸ ਬਹੁਤ ਹਾਂ ਜੀ। ਅੱਛਾ, ਤੁਸੀਂ ਫੇਮਸ ਕਿਸ ਚੀਜ਼ ਨਾਲ ਹੋ? ਦੇਖੋ ਜੀ, ਮੇਰਾ ਵੱਡਾ ਕਾਰੋਬਾਰ ਹੈ ਇੱਥੇ। ਓ ਮਾਈ ਗੋਡ, ਸਾਨੂੰ ਜੌਬ ਦੀ ਲੋੜ ਸੀਗੀ, ਤੁਹਾਡਾ ਕਿਹੜਾ ਕਾਰੋਬਾਰ ਹੈ? ਦੇਖੋ ਜੀ, ਇਹ ਥੋੜੀਆਂ ਸੀਕ੍ਰੇਟ ਗੱਲਾਂ ਹੁੰਦੀਆਂ, ਇੱਥੇ ਕੈਮਰੇ ਦੇ ਸਾਹਮਣੇ ਨਹੀਂ ਕਰ ਸਕਦੇ। ਤੁਸੀਂ ਪਰਦੇ ਪਿੱਛੇ ਜ਼ਰੂਰ ਕਰ ਸਕਦੇ ਹੋ, ਤੁਸੀਂ ਨੰਬਰ ਲੈ ਲਓ ਮੇਰਾ, ਮੈਨੂੰ ਸੰਪਰਕ ਕਰ ਲਿਓ ਨਾ, ਕਿਉਂਕਿ ਤੁਹਾਨੂੰ ਪਤਾ ਵੀ ਹੁਣ ਇੰਨਾ ਖੁੱਲ੍ਹ ਕੇ ਮੈਂ ਇੱਥੇ ਬੋਲ ਨਹੀਂ ਸਕਦਾ ਨਾ, ਹੋ ਸਕਦਾ ਕੱਲ੍ਹ ਕੋਈ ਫਰੋਤੀ ਫਰੂਤੀ ਮੰਗ ਲਏ ਮੇਰੇ ਤੋਂ, ਸੋ ਤਾਂ ਕਰਕੇ ਵੀ ਸੀਕ੍ਰੇਟ ਹੀ ਠੀਕ ਹੈ। ਕਿਸ ਨਾਲ ਪਿੱਠ ਲੱਗਦੀ ਹੈ? ਮਤਲਬ ਪਿੱਠ ਤਾਂ ਮੇਰੀ ਕੰਧ ਵਾਲੀ, ਪਿੱਠ ਤਾਂ ਦੇਖੋ ਕੰਧ ਵਾਲੀ ਲੱਗਦੀ ਹੈ ਜੀ। ਵੀਰੇ ਹੁਣੀ ਮਿਲੇ ਨੇ ਪੰਜਾਬ ਤੋਂ, ਆ ਜਾਓ ਆਂਟੀ ਤੁਸੀਂ ਅੱਗੇ। ਕਿੱਥੋਂ ਪੰਜਾਬ ਤੋਂ? ਅਸੀਂ ਸੰਗਰੂਰ ਜ਼ਿਲ੍ਹਾ। ਵੀਰੇ ਤੁਸੀਂ? ਸੰਗਰੂਰ ਦਲਪਾ। ਤੁਸੀਂ? ਸੰਗਰੂਰ ਤੋਂ ਹੀ। ਮੈਂ ਕਹੇ ਸਾਰੇ ਸੰਗਰੂਰ ਵਾਲੇ ਇਕੱਠੇ ਹੋਏ ਪਏ ਹੋ, ਤੁਸੀਂ ਗਰੁੱਪ ਬਣਾ ਕੇ ਜਹਾਜ਼ ਚੜ ਕੇ ਆਏ ਹੋ ਕਿ ਇੱਥੇ ਆਏ ਹੋ? ਗਰੁੱਪ ਬਣਾ ਕੇ ਆਏ ਹਾਂ। ਗਰੁੱਪ ਬਣਾ ਕੇ ਆਏ ਹੋ, ਠੀਕ ਹੈ। ਕਿਵੇਂ ਦਾ ਲੱਗਦਾ ਪਹਿਲਾਂ ਤਾਂ? ਇਹ ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਲੱਗਦਾ। ਸਵਾਲ ਪੁੱਛੂਗੀ, ਉਹਦਾ ਜਵਾਬ ਦੇਣਾ, ਫੋਨ ਨਹੀਂ ਦੇਖਣਾ ਕਿਸੇ ਨੇ। ਕੋਈ ਇਹੋ ਜਿਹਾ ਗਾਣਾ ਦੱਸੋ ਜਿਹਦੇ ਵਿੱਚ ਮੇਲਾ ਤੇ ਚੰਡੋਲ ਦੋਨੇ ਆਉਂਦੇ ਹੋਣ। ਇੱਕ ਮਿੰਟ, ਇੱਕ ਸਕਿੰਟ, ਇੱਧਰ ਇੱਧਰ ਅੱਗੇ ਵੀਰੇ, ਫੋਨ ਨਹੀਂ ਦੇਖਣਾ ਕਿਸੇ ਨੇ। ਮੇਲਾ ਤੇ ਚੰਡੋਲ, ਤਾੜੀਆਂ ਮਾਰਦੇ ਵੀਰੇ ਦੇ ਨਾਮ ਤੇ। ਹਰਜੀਤ ਹਰਮਨ ਦਾ ਗਾਣਾ ਤੂੰ ਝੂਟ ਦੀ ਚੰਡੋਲ ਜੱਟੀ ਏ, ਪੂਰੇ ਮੀਲ ਤੋਂ ਪਛਾਣ ਲਈ ਜਾ। ਹੁਣ ਗਾਣਾ ਆਉਂਦਾ ਕੋਈ? ਗਾਉਣਾ, ਗਾਉਣ ਦਾ ਸ਼ੌਂਕ? ਆਜੋ ਆਜੋ ਆਜੋ, ਗਾਉਣ ਦਾ ਸ਼ੌਂਕ ਵੀਰੇ ਕਿਹਨੂੰ ਆ? ਕਿਹੜਾ ਸ਼ੌਂਕ ਹੈ ਤੁਹਾਡਾ? ਕੀ ਸ਼ੌਂਕ ਆ, ਗਾਣੇ ਸੁਣਨਾ ਜਾਂ? ਗਾਣੇ ਸੁਣਨਾ ਤਾਂ ਹੈਗਾ ਹੀ, ਗਾਉਣਾ ਨਹੀਂ ਹੈਗਾ। ਗਾਉਣਾ ਨਹੀਂ ਹੈਗਾ, ਗਾਉਣਾ ਕਿਸੇ ਦਾ ਹੋਵੇ ਵੀਰੇ ਦਾ? ਅਰਜਨ ਦਾ ਗਾਣੇ ਗਾ ਲੈਂਦੇ ਸ਼ਾਇਰੀ ਹੁੰਦੀ, ਸੁਣਾ ਦੋ। ਗਾਣਾ ਤਾਂ ਨੀ ਆਉਂਦਾ ਜੀ, ਕੁਛ ਵੀ ਦੱਸੋ ਜੀ, ਕੁਛ ਹੋਰ ਸਵਾਲ ਪੁੱਛ। ਚਲੋ ਮੈਂ ਤੁਹਾਨੂੰ ਇੱਕ ਲਾਈਨ ਦਿੰਦੀ ਹਾਂ, ਉਹਨੂੰ 7 ਵਾਰੀ ਬੋਲਣਾ, ਠੀਕ ਹੈ? ਇੱਧਰੋਂ ਸ਼ੁਰੂ ਕਰਾਂ, ਕਿੱਧਰੋਂ ਸ਼ੁਰੂ ਕਰਾਂ? ਠੀਕ, ਨਾਲੀ ਵਿੱਚ ਲੀਰ ਰੁੜੀ, ਰੋੜ ਲੀਰੇ ਰੋੜ, 7 ਵਾਰੀ ਬੋਲੋ। ਨਾਲੀ ਵਿੱਚ ਰੀਰ ਰੁੜੀ, ਰੋੜੀ ਰੀਰ ਰੁੜੀ, ਇੰਨਾ ਨਹੀਂ ਹੋ। ਨੈਕਸਟ ਨੈਕਸਟ, ਮੈਨੂੰ ਸੌਖਾ ਦਿਓ ਕੋਈ, ਸੌਖਾ ਦਿਓ। ਖੜਕ ਸਿੰਘ ਕੇ ਖੜਕਨੇ ਸੇ ਖੜਕਦੀ ਹੈ ਖਿੜਕੀਆਂ, ਖਿੜਕੀਆਂ ਸੇ ਖੜਕਨੇ ਤੇ ਖੜਕਦਾ ਹੈ ਖੜਕ ਸਿੰਘ? ਨਹੀਂ ਨਹੀਂ, ਮੈਂ ਨਹੀਂ ਹੋ ਸਕਦਾ, ਇੰਨਾ ਤੇਜ਼ ਨਹੀਂ ਹੈਗਾ। ਖੜਕ ਸਿੰਘ ਸੇ ਖੜਕਨੇ ਸੇ ਖੜਕਦੀ ਹੈ ਖਿੜਕੀਆਂ, ਖਿੜਕੀਆਂ ਸੇ ਖੜਕਨੇ ਸੇ ਖੜਕਦਾ ਹੈ ਖੜਕ ਸਿੰਘ? ਵਾਹ ਵਾਹ ਵਾਹ, 7 ਵਾਰੀ ਨਹੀਂ ਬੋਲੇ ਜਾਣਾ ਜੀ ਵੀਰੇ ਤੁਸੀਂ? ਨਹੀਂ, ਖੜਕ ਸਿੰਘ ਕੇ ਖੜਕਨੇ ਸੇ ਖੜਕਦੀਆਂ ਚੂੜੀਆਂ, ਚੂੜੀਆਂ ਨਹੀਂ ਖਿੜਕੀਆਂ, ਖਿੜਕੀ ਨਹੀਂ, ਬਸ ਇਹ ਵਾਰੀ ਬੋਲੇ ਤੁਸੀਂ। ਬੋਲ ਤੋ
ਖੜਕ ਸਿੰਘ ਦੇ ਖੜਕਣੇ ਸੇ ਖੜਕਦੀਆਂ ਖਿੜਕੀਆਂ, ਖੜਕ ਸਿੰਘ ਦੇ ਖੜਕਣੇ ਸੇ ਖੜਕਦੀਆਂ ਖਿੜਕੀਆਂ, ਖਿੜਕੀਆਂ ਅੱਗੇ ਖੜਕਣੇ ਸੇ ਖੜਕਦਾ ਹੈ ਖੜਕ ਸਿੰਘ। ਇਹ ਤਾਂ ਬੜਾ ਲੰਬਾ ਹੋ ਗਿਆ ਜੀ, ਖੜਕ ਸਿੰਘ ਕੇ ਖੜਕਣੇ ਸੇ ਖੜਕਤੀਆਂ ਖਿੜਕੀਆਂ, ਖਿੜਕਣੇ ਸੇ ਖੜਕਤਾ ਹੈ ਖੜਕ ਸਿੰਘ। ਪਹਿਲਾਂ ਮੇਰੀ ਗੱਲ ਸੁਣ ਲਓ, ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ, ਖਿੜਕੀਓ ਕੇ ਖੜਕਣੇ ਸੇ ਖੜਕਤਾ ਹੈ ਖੜਕ ਸਿੰਘ। ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ, ਖਿੜਕੀਓ ਕੇ ਖੜਨੇ ਕੇ ਸੇ ਖੜਕਤਾ ਹੈ ਖੜਕ ਸਿੰਘ। ਛੋਟਾ ਜਿਹਾ ਮੈਂ ਤੁਹਾਨੂੰ ਕੀ ਦਵਾਂ, ਛੋਟਾ ਜਿਹਾ ਤਾਂ ਛੋਟਾ ਜਿਹਾ ਹੀ ਹੈ ਵੀਰੇ। ਨਾਲੀ ਵਿੱਚ ਨਾਲੀ ਵਿੱਚ ਪੰਜਾਬੀ ਚ ਬੋਲਣ, ਨਾਲੀ ਨਾਲੀ ਵਿੱਚ ਲੀਰ ਰੂੜੀ ਰੋੜ ਲੀਰ ਰੋੜ ਥੋੜਾ ਕਨਫਿਊਜ਼ਿੰਗ ਜਿਹਾ ਹੋ ਗਿਆ। ਕੋਈ ਜੀਕੇ ਦਾ ਸਵਾਲ ਪੁੱਛੋ ਜੀ, ਜੀਕੇ ਦਾ, ਜੀਕੇ ਦਾ ਪੁੱਛੋ। ਆਸਟ੍ਰੇਲੀਆ ਦੀ ਰਾਜਧਾਨੀ ਦੱਸੋ। ਕੈਨਬਰਾ। ਕੈਨਬਰਾ ਤੇ ਸਭ ਤੋਂ ਵੱਧ ਗਰਮੀ ਆਸਟ੍ਰੇਲੀਆ ਚ ਕਿਹੜੇ ਸ਼ਹਿਰ ਚ ਪੈਂਦੀ ਹੈ? ਜੀ ਪਰਥ ਚ। ਪਰਥ ਚ ਪੈਂਦੀ ਹੈ, ਠੀਕ ਹੈ। ਸਭ ਤੋਂ ਵੱਧ ਠੰਡ? ਮੈਲਬਰਨ ਹੀ ਜਾਂ ਤਸਮਾਨੀਆ? ਮੈਲਬਰਨ, ਮੈਲਬਰਨ ਤਸਮਾਨੀਆ। ਕੈਨਬਰਾ। ਕੈਨਬਰਾ ਪੈਂਦੀ ਹੈ, ਤਾਂ ਆਪ ਨਹੀਂ ਪਤਾ ਵੀਰੇ। ਕੈਨਬਰਾ ਠੀਕ ਹੈ, ਤਸਮਾਨੀਆ ਠੀਕ ਹੈ, ਕੈਨਬਰਾ ਠੀਕ ਹੈ। ਤੁਸੀਂ ਇਹ ਗਾਣਾ ਦੱਸਣਾ ਵਾ ਜਿਹਦੇ ਵਿੱਚ ਪੱਟ ਤੇ ਥਾਪੀ ਦਾ ਸ਼ਬਦ ਆਉਂਦਾ ਹੋਵੇ। ਪੱਟ ਤੇ ਥਾਪੀ ਦੋਵੇਂ ਆਉਂਦੇ ਹੁਣ ਜਿਹਦੇ ਗਾਣੇ ਚ। ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ, ਬੱਬੂ ਮਾਨਦਾ ਸਹੀ ਹੈ, ਹੱਥ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ। ਹਾਏ ਨੀ, ਮੈਂ ਕਿਹਾ ਸੁਣ ਜੀ, ਪੱਟ ਤੇ ਥਾਪੀ ਦੋਨਾਂ ਦਾ ਜ਼ਿਕਰ ਆਉਂਦਾ ਉਹ ਸ਼ਬਦ ਨੀ ਸ਼ਬਦ ਕੇ ਸੌਂਗ ਜੀ। ਥਾਪੀ ਹਮੇਸ਼ਾ ਪੜਦੇ ਵੱਜਦੀ ਰਹਿਣੀ ਹੈ। ਮੂਸੇਵਾਲਾ ਗਾਣਾ ਗਾਤਾ। ਫੇਵਰਿਟ ਸਿੰਗਰ ਤੁਹਾਡਾ? ਸਿੱਧੂ ਮੂਸੇਵਾਲਾ। ਕੋਈ ਵਧੀਆ ਗਾਣਾ ਜਿਹੜਾ ਉਹਨਾਂ ਤੁਹਾਡਾ ਬਹੁਤ ਕਰੀਬ ਹੋ? ਸੁਣਾ ਦੇ, ਸੁਣਾ ਦੇ। 295 ਗਾਣਾ ਨਹੀਂ ਆਉਂਦਾ ਇਹ, ਗਾਣਾ ਨਹੀਂ ਗਾ ਦੇਗਾ, ਗਾ ਦੇਗਾ, ਗਾਣਾ ਨਹੀਂ ਆਉਂਦਾ। ਆਸਟ੍ਰੇਲੀਆ 'ਚ ਇਵੈਂਟ ਹੋ ਰਿਹਾ, ਇਹਨੂੰ 10 'ਚੋਂ ਕਿੰਨੇ ਨੰਬਰ ਦੋਗੇ? 10 'ਚੋਂ 10 ਹੀ, 10 'ਚੋਂ 10 ਹੀ। ਮੈਂ ਇੱਥੋਂ ਕਿੰਨੇ ਦੋਗੇ? 10 'ਚੋਂ 11। 10 'ਚੋਂ 10 ਜੀ, 10 'ਚੋਂ 10, 10 'ਚੋਂ 10, 10 'ਚੋਂ 10 ਜੀ। ਤੁਸੀਂ 5 ਸਟਾਰ ਜੀ, 10 'ਚੋਂ 10। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ, ਤੁਸੀਂ ਦੱਸੋ? ਵਧੀਆ। ਕਿੱਥੋਂ? ਬ੍ਰਿਸਬਨ ਤੋਂ? ਹਾਂਜੀ, ਬ੍ਰਿਸਬਨ ਤੋਂ। ਕਿਵੇਂ ਦਾ ਲੱਗਦਾ ਮੇਲੇ ਜਾ ਕੇ? ਵਧੀਆ, ਬਹੁਤ ਵਧੀਆ ਲੱਗਾ, ਕਿਉਂਕਿ ਕੁਛ ਡਿਫਰੈਂਟ ਹੈ, ਇੰਡੀਆ ਵਰਗਾ ਹੈ, ਬਹੁਤ ਵਧੀਆ ਲੱਗਾ। ਮੈਂ ਇੱਕ ਸਵਾਲ ਪੁੱਛੂੰਗੀ ਤਾਂ ਜਵਾਬ ਦੇਣਾ, ਕੋਈ ਅਜਿਹਾ ਫਲ ਦੱਸੋ ਜਿਹਦੀ ਸਬਜ਼ੀ ਵੀ ਬਣ ਜਾਂਦੀ ਹੈ ਅਤੇ ਉਹ ਫਲ ਵੀ ਹੈਗਾ? ਕੇਲਾ। ਕੇਲਾ, ਹਾਂ ਜੀ, ਓਕੇ। ਹੋਰ ਕੇਲੇ ਤੋਂ ਇਲਾਵਾ ਤਾਂ ਮੈਂ ਵੀ ਨਹੀਂ ਸੁਣਿਆ। ਕੱਚੇ ਕੇਲੇ ਦੀ ਸਬਜ਼ੀ ਬਣ ਜਾਂਦੀ ਹੈ, ਆਪ ਜਿਹੜੇ ਪੱਕੇ ਨਹੀਂ ਹੁੰਦੇ, ਹੈ ਨਾ। ਥੈਂਕ ਯੂ, ਤੁਸੀਂ ਜਿੱਤੇ ਹੋ ਅੱਜ ਦੀ ਐਂਟਰਟੇਨਮੈਂਟ ਰਾਤ।
देखते रहो रब्बो टीवी पे। मैं आपको सवाल पूछती हूँ, आपने उसका जवाब देना है। हाँ जी। तो ऐसे फल बताने हैं जिनकी सब्जी भी बनती है और फल भी है। अच्छा, केले फल बताने हैं। केले एक केले की कौन सी सब्जी बनती है? टमाटर की बनती है ना, टमाटर हर सब्जी में डलता है। नहीं, वो फल भी होता है। साउथ इंडिया में तो केले बनते हैं, केले से दोनों होता है। केले की सब्जी कौन सी बनेगी? नहीं, बनती है। ओके, देन हमारे तो आई एम फ्रॉम पंजाब, टमाटर इज अ फ्रूट एंड इट्स एडेड इनटू एवरी वेजिटेबल। पंजाब च जेहा फल भी होती सब्जी भी बनती है, याद कर लो। ਤੁਸੀਂ ਨਾ ਮੈਨੂੰ ਗਲਤ ਟਾਈਮ 'ਤੇ ਪੁੱਛ ਰਹੇ ਹੋ, ਲੱਗੀ ਤੁਹਾਨੂੰ ਮੈਂ ਮੋਮੋਸ ਖਾ ਰਹੀ ਹਾਂ। ਫਿਰ ਵੀ ਇਹਨੀ ਯਾਦ ਕਰੋ, ਯਾਦ ਦਿਮਾਗ 'ਤੇ ਜ਼ੋਰ ਪਾਓ। ਆਈ ਕਾਂਟ ਥਿੰਕ ਆਫ ਇਟ। ਅੱਛਾ, ਮੈਂਗੋ। ਮੈਂਗੋ ਕਿਸ ਤਰ੍ਹਾਂ ਬਣਦੀ ਹੈ? ਅਰੇ ਹਾਂ, ਬਣਦੀ। ਪੈਨ ਕੁਕਿੰਗ 'ਚ ਹੱਥ ਥੋੜ੍ਹਾ ਢਿੱਲਾ ਵਾ, ਪਰ ਪੈਨ ਮੋਮੋਸ ਖਾਊਗੀ। ਕਹਿ ਦਿਓ ਕਿ ਦੇਖਦੇ ਰਹੋ ਰੱਬੋ ਟੀਵੀ। Thank you. You can see your video on this channel, YouTube and Facebook. Thank you. You can speak Hindi, Punjabi, anything? No. No, I'm the token white friend. Oh. You love to enjoy this environment? I love it. And I went to Diwali last year. I love all these things. I've got an Indian niece, so yeah, an Indian niece and nephew. Love the culture, love the food. Which food do you like the most? Which what? Which food? Oh, paneer. Ah. Paneer, yeah. That's why I'm so fat. which one's spicy bun? Any of them. Yeah, but we are RNs. We work together. We work very, very hard. I love these girls. You can say I love Indians. I love Indians. I love India. Cannot wait to get she's there. She's got a half Indian niece. Yes, yes. Yeah. Okay, so you can say enjoy and say dekhte raho Rabbo TV. You can say dekhte raho. You can tell her. Dekh raho Rabbo TV.